ਆ ਦੇਖੋ ਬਾਹਰ ਦੇ ਕਿਸਾਨ ਕਿਵੇਂ ਜਹਾਜ਼ਾਂ ਵਰਗੇ ਟਰੈਕਟਰ ਸੜਕਾਂ ਤੇ ਲੈ ਕੇ ਉਤਰ ਗਏ ਨੇ। ਤੁਹਾਨੂੰ ਦੱਸ ਦਈਏ ਕਿ ਪੂਰੇ ਯੂਰੋਪ ਦੇ ਵਿੱਚ ਜਿਸ ਦੇ ਅੰਦਰ 27 ਤੋਂ 28 ਦੇਸ਼ ਆਉਂਦੇ ਨੇ, ਹਰੇਕ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਏ, ਰੋਸ ਮਾਰਚ ਕੱਢਿਆ ਜਾ ਰਿਹਾ ਏ। ਤਾਂ ਇਹ ਤਸਵੀਰਾਂ ਪ੍ਰਾਗ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੋਂ ਦੇ ਕਿਸਾਨ ਸਰਕਾਰੀ ਬਿਲਡਿੰਗਾਂ ਦੇ ਬਾਹਰ ਆਪਣੇ ਟਰੈਕਟਰ ਲੈ ਕੇ ਪਹੁੰਚ ਗਏ ਨੇ। ਸਰਕਾਰੀ ਇਮਾਰਤਾਂ ਦੇ ਬਾਹਰ ਕੂੜੇ ਦਾ ਢੇਰ ਲਾ ਦਿੱਤਾ ਗਿਆ ਏ, ਪਰਾਲੀ ਸਿੱਟ ਦਿੱਤੀ ਗਈ ਹੈ, ਕਿਉਂਕਿ ਇਹ ਬਾਹਰਲੇ ਕਿਸਾਨਾਂ ਦਾ ਰੋਸ ਮਾਰਚ ਕੱਢਣ ਦਾ ਤਰੀਕਾ ਏ, ਪ੍ਰਦਰਸ਼ਨ ਕਰਨ ਦਾ ਤਰੀਕਾ ਏ। ਨਾ ਹੀ ਇਹਨਾਂ ਨੂੰ ਕੋਈ ਪੁਲਿਸ ਰੋਕ ਰਹੀ ਹੈ ਅਤੇ ਨਾ ਹੀ ਇਹਨਾਂ 'ਤੇ ਕੋਈ ਲਾਠੀਚਾਰਜ ਕੀਤਾ ਜਾ ਰਿਹਾ ਏ। ਦੇਖ ਸਕਦੇ ਹੋ ਕਿ ਕਿਵੇਂ ਸ਼ਾਂਤਮਈ ਢੰਗ ਦੇ ਨਾਲ ਬਿਨਾਂ ਕੋਈ ਰੌਲਾ ਰੱਪਾ ਪਾਏ ਇਹ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਨੇ। ਟਰੈਕਟਰ ਦੇਖੋ ਇਹਨਾਂ ਦੇ ਕਿੱਡੇ ਵੱਡੇ ਵੱਡੇ ਟਰੈਕਟਰ ਨੇ, ਸੜਕਾਂ 'ਤੇ ਲੈ ਕੇ ਉਤਰੇ ਨੇ, ਵੱਡੇ ਵੱਡੇ ਹੌਰਨ ਲਾ ਕੇ ਲੋਕਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪੂਰੇ ਯੂਰੋਪ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਇੰਡੀਆ ਦੇ ਵਾਂਗ ਜਿਵੇਂ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ, ਉਸੇ ਤਰੀਕੇ ਦੇ ਨਾਲ ਯੂਰੋਪ ਭਰ ਦੇ ਵਿੱਚ ਵੀ ਆਪਣੇ ਹੱਕਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਨੇ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਗ ਦੀਆਂ, ਜਿੱਥੇ ਇੱਕ ਲੇਨ, ਮਤਲਬ ਜੇਕਰ ਦੋ ਲੇਨ ਵਾਲੀ ਸੜਕ ਹੈ ਤਾਂ ਇੱਕ ਲੇਨ ਕਿਸਾਨਾਂ ਦੇ ਵੱਲੋਂ ਜਾਮ ਕੀਤੀ ਗਈ ਹੈ। ਪੂਰੀ ਲੇਨ 'ਤੇ ਟਰੈਕਟਰਾਂ ਦਾ ਮਾਰਚ ਕੱਢਿਆ ਜਾ ਰਿਹਾ ਹੈ, ਵੱਖ ਵੱਖ ਕਿਸਮ ਦੇ ਟਰੈਕਟਰ ਮਸ਼ੀਨਾਂ ਸੜਕਾਂ 'ਤੇ ਉਤਾਰੀਆਂ ਗਈਆਂ ਨੇ, ਤਾਂ ਕਿ ਆਮ ਲੋਕ ਇਹ ਦੇਖਣ ਅਤੇ ਇਸ ਦੇ ਬਾਰੇ ਅਵੇਅਰ ਹੋਣ ਕਿ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਇਸ ਤਰੀਕੇ ਦਾ ਕਹਿਣਾ ਹੈ ਕਿਸਾਨਾਂ ਦਾ। ਤਾਂ ਦੱਸ ਦਈਏ ਕਿ ਸਰਕਾਰੀ ਦਫ਼ਤਰਾਂ ਦੇ ਮੂਹਰੇ ਕਾਲੇ ਝੰਡੇ ਵੀ ਲੈ ਕੇ ਪਹੁੰਚੇ ਨੇ ਕਿਸਾਨ। ਤਾਂ ਸਿੱਧੀਆਂ ਤਸਵੀਰਾਂ ਪ੍ਰਾਗ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਹੈ, ਰੋਸ ਮਾਰਚ ਕੱਢਿਆ ਗਿਆ ਹੈ। ਆ ਦੇਖੋ ਬਾਹਰ ਦੇ ਕਿਸਾਨ ਕਿਵੇਂ ਜਹਾਜ਼ਾਂ ਵਰਗੇ ਟਰੈਕਟਰ ਸੜਕਾਂ 'ਤੇ ਲੈ ਕੇ ਉਤਰ ਗਏ ਨੇ। ਤੁਹਾਨੂੰ ਦੱਸ ਦਈਏ ਕਿ ਪੂਰੇ ਯੂਰੋਪ ਦੇ ਵਿੱਚ ਜਿਸ ਦੇ ਅੰਦਰ 27 ਤੋਂ 28 ਦੇਸ਼ ਆਉਂਦੇ ਨੇ, ਹਰੇਕ ਦੇਸ਼ ਦੇ ਵਿੱਚ ਕਿਸਾਨਾਂ ਦੇ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਏ, ਰੋਸ ਮਾਰਚ ਕੱਢਿਆ ਜਾ ਰਿਹਾ ਏ। ਤਾਂ ਇਹ ਤਸਵੀਰਾਂ ਪ੍ਰਾਗ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੋਂ ਦੇ ਕਿਸਾਨ ਸਰਕਾਰੀ ਬਿਲਡਿੰਗਾਂ ਦੇ ਬਾਹਰ ਆਪਣੇ ਟਰੈਕਟਰ ਲੈ ਕੇ ਪਹੁੰਚ ਗਏ ਨੇ। ਸਰਕਾਰੀ ਇਮਾਰਤਾਂ ਦੇ ਬਾਹਰ ਕੂੜੇ ਦਾ ਢੇਰ ਲਾ ਦਿੱਤਾ ਗਿਆ ਏ, ਪਰਾਲੀ ਸਿੱਟ ਦਿੱਤੀ ਗਈ ਹੈ, ਕਿਉਂਕਿ ਇਹ ਬਾਹਰਲੇ ਕਿਸਾਨਾਂ ਦਾ ਰੋਸ ਮਾਰਚ ਕੱਢਣ ਦਾ ਤਰੀਕਾ ਏ, ਪ੍ਰਦਰਸ਼ਨ ਕਰਨ ਦਾ ਤਰੀਕਾ ਏ। ਨਾ ਹੀ ਇਹਨਾਂ ਨੂੰ ਕੋਈ ਪੁਲਿਸ ਰੋਕ ਰਹੀ ਹੈ ਅਤੇ ਨਾ ਹੀ ਇਹਨਾਂ 'ਤੇ ਕੋਈ ਲਾਠੀਚਾਰਜ ਕੀਤਾ ਜਾ ਰਿਹਾ ਏ। ਦੇਖ ਸਕਦੇ ਹੋ ਕਿ ਕਿਵੇਂ ਸ਼ਾਂਤਮਈ ਢੰਗ ਦੇ ਨਾਲ ਬਿਨਾਂ ਕੋਈ ਰੌਲਾ ਰੱਪਾ ਪਾਏ ਇਹ ਕਿਸਾਨ ਟਰੈਕਟਰ ਮਾਰਚ ਕੱਢ ਰਹੇ ਨੇ। ਟਰੈਕਟਰ ਦੇਖੋ ਇਹਨਾਂ ਦੇ ਕਿੱਡੇ ਵੱਡੇ ਵੱਡੇ ਟਰੈਕਟਰ ਨੇ, ਸੜਕਾਂ 'ਤੇ ਲੈ ਕੇ ਉਤਰੇ ਨੇ, ਵੱਡੇ ਵੱਡੇ ਹੌਰਨ ਲਾ ਕੇ ਲੋਕਾਂ ਦੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਪੂਰੇ ਯੂਰੋਪ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ ਇੰਡੀਆ ਦੇ ਵਾਂਗ ਜਿਵੇਂ ਪੰਜਾਬ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਆਪਣੀ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ, ਉਸੇ ਤਰੀਕੇ ਦੇ ਨਾਲ ਯੂਰੋਪ ਭਰ ਦੇ ਵਿੱਚ ਵੀ ਆਪਣੇ ਹੱਕਾਂ ਨੂੰ ਲੈ ਕੇ ਕਿਸਾਨ ਸੜਕਾਂ 'ਤੇ ਨੇ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪ੍ਰਾਗ ਦੀਆਂ, ਜਿੱਥੇ ਇੱਕ ਲੇਨ, ਮਤਲਬ ਜੇਕਰ ਦੋ ਲੇਨ ਵਾਲੀ ਸੜਕ ਹੈ ਤਾਂ ਇੱਕ ਲੇਨ ਕਿਸਾਨਾਂ ਦੇ ਵੱਲੋਂ ਜਾਮ ਕੀਤੀ ਗਈ ਹੈ। ਪੂਰੀ ਲੇਨ 'ਤੇ ਟਰੈਕਟਰਾਂ ਦਾ ਮਾਰਚ ਕੱਢਿਆ ਜਾ ਰਿਹਾ ਹੈ, ਵੱਖ ਵੱਖ ਕਿਸਮ ਦੇ ਟਰੈਕਟਰ ਮਸ਼ੀਨਾਂ ਸੜਕਾਂ 'ਤੇ ਉਤਾਰੀਆਂ ਗਈਆਂ ਨੇ, ਤਾਂ ਕਿ ਆਮ ਲੋਕ ਇਹ ਦੇਖਣ ਅਤੇ
ਇਸ ਦੇ ਬਾਰੇ ਅਵੇਅਰ ਹੋਣ ਕੇ ਕਿਸਾਨਾਂ ਦੇ ਨਾਲ ਧੱਕਾ ਹੋ ਰਿਹਾ ਹੈ। ਇਸ ਤਰੀਕੇ ਦਾ ਕਹਿਣਾ ਹੈ ਕਿਸਾਨਾਂ ਦਾ। ਤਾਂ ਦੱਸ ਦਈਏ ਕਿ ਸਰਕਾਰੀ ਦਫ਼ਤਰਾਂ ਦੇ ਮੂਹਰੇ ਕਾਲੇ ਝੰਡੇ ਵੀ ਲੈ ਕੇ ਪਹੁੰਚੇ ਨੇ ਕਿਸਾਨ। ਤਾਂ ਸਿੱਧੀਆਂ ਤਸਵੀਰਾਂ ਪ੍ਰਾਗ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਕਿਸਾਨਾਂ ਦੇ ਵੱਲੋਂ ਵਿਸ਼ਾਲ ਟਰੈਕਟਰ ਮਾਰਚ ਕੱਢਿਆ ਗਿਆ ਹੈ, ਰੋਸ ਮਾਰਚ ਕੱਢਿਆ ਗਿਆ ਹੈ।